ਜਾਂ ਹੋਰ ਜਿਹੜਾ ਰੈਜੀਸਟਰ ਪ੍ਰੂਫ ਬਣਾਉਣਾ, ਹੋਰ ਜਿੰਨੇ ਵੀ ਬਣਾਉਣ ਵਾਲੇ ਕਾਗਜ਼ ਨੇ ਸਾਡੇ, ਜਿਹਨਾਂ ਵਾਸਤੇ ਸਾਨੂੰ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ, ਉਹ ਤੋਂ ਸਾਨੂੰ ਨਜ਼ਾਰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਤੋਂ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਦੇ ਵਿੱਚ ਕੀਤੀ ਗਈ ਆ। ਜਿੰਨੇ ਵੀ ਕੰਮ ਇੱਥੇ ਹੋਣ ਵਾਲੇ ਨੇ ਉਹ ਇੱਥੇ ਕੀਤੇ ਜਾਣਗੇ। ਅੱਜ ਸਰਕਾਰ ਤੁਹਾਡੇ ਪਿੰਡ 'ਚ ਤੁਹਾਡੇ ਨਗਰ 'ਚ ਆ ਕੇ ਤੁਹਾਡੇ ਜਿਹੜੇ ਜ਼ਰੂਰੀ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਸਰਕਾਰ ਤੁਹਾਡੇ ਦਰਵਾਜ਼ੇ 'ਚ ਬੈਠ ਕੇ ਸਾਰੇ ਮਸਲੇ ਵੀ ਜਿਹੜੇ ਹੱਲ ਕਰਨ ਜਾ ਰਹੇ ਨੇ। ਸਰਕਾਰ ਨੂੰ ਐਸ ਡੀ ਐਮ ਸਾਹਿਬ, ਸਰਪੰਚ ਸਾਹਿਬ, ਡੀ ਡੀ ਓ ਮੈਮ, ਹੋਰ ਵੱਖ ਵੱਖ ਸੰਬੰਧਿਤ ਅਧਿਕਾਰੀ ਸਭ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੀ ਸਰਕਾਰ ਤੁਹਾਡੇ ਦੁਆਰ ਉਹਦੇ ਤਹਿਤ ਅੱਜ ਤੁਹਾਡੇ ਪਿੰਡ ਵਿਖੇ ਜਿਹੜਾ ਕੈਂਪ ਲਾਇਆ ਗਿਆ, ਕਿਉਂਕਿ ਆਪਾਂ ਨੂੰ ਛੋਟੇ ਛੋਟੇ ਕੰਮ ਕਰਾਉਣ ਵਾਸਤੇ ਸ਼ਹਿਰ ਦੇ ਵਿੱਚ ਜਾ ਕੇ ਦਫ਼ਤਰਾਂ ਦੇ ਧੱਕੇ ਖਾਣ ਦੀ ਬਜਾਏ ਅੱਜ ਸਰਕਾਰ ਤੁਹਾਡੇ ਪਿੰਡ 'ਚ ਤੁਹਾਡੇ ਨਗਰ 'ਚ ਆ ਕੇ ਤੁਹਾਡੇ ਜਿਹੜੇ ਜ਼ਰੂਰੀ ਹੋਣ ਵਾਲੇ ਕੰਮ ਨੇ ਉਹਨਾਂ ਨੂੰ ਸਰਕਾਰ ਤੁਹਾਡੇ ਦਰਵਾਜ਼ੇ 'ਤੇ ਬੈਠ ਕੇ ਉਹ ਸਾਰੇ ਮਸਲੇ ਨੇ ਜਿਹੜੇ ਹੱਲ ਕਰਨ ਜਾ ਰਹੇ ਨੇ, ਚਾਹੇ ਉਹ ਤਹਿਸੀਲ ਨਾਲ ਸੰਬੰਧਿਤ ਹੋਣ, ਜਾਂ ਅਸੀਂ ਕਈ ਸਰਟੀਫਿਕੇਟ ਬਣਾਉਣੇ ਨੇ, ਕੋਈ ਐਸ ਸੀ ਬਣਾਉਣਾ, ਜਾਂ ਗੰਦਾ ਬਣਾਉਣਾ, ਜਾਂ ਹੋਰ ਜਿਹੜਾ ਰੈਜੀਸਟਰ ਪ੍ਰੂਫ ਬਣਾਉਣਾ, ਹੋਰ ਜਿੰਨੇ ਵੀ ਬਣਾਉਣ ਵਾਲੇ ਕਾਗਜ਼ ਨੇ ਸਾਡੇ, ਜਿਹਨਾਂ ਵਾਸਤੇ ਸਾਨੂੰ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ, ਉਹ ਤੋਂ ਸਾਨੂੰ ਨਜ਼ਾਰ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਤੋਂ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਦੇ ਵਿੱਚ ਕੀਤੀ ਗਈ ਆ। ਇਹ ਜਿਹੜੇ ਆਪਕੀ ਸਰਕਾਰ ਤੁਹਾਡੇ ਦੁਆਰ ਹੈ, ਇਹ ਪੂਰਾ ਇੱਕ ਮਹੀਨਾ ਪ੍ਰੋਗਰਾਮ ਜਿਹੜਾ ਚੱਲਣਾ ਹੈ, ਹਰ ਇੱਕ ਪਿੰਡ ਦੇ ਵਿੱਚ ਜਾ ਕੇ, ਹਰ ਇੱਕ ਵਾਰਡ ਦੇ ਵਿੱਚ ਜਾ ਕੇ ਜਿਹੜੇ ਸਾਡੇ ਰੋਜ਼ ਦੇ ਹੋਣ ਵਾਲੇ ਕੰਮ ਨੇ ਉਹਦੇ ਵਾਸਤੇ ਸਰਕਾਰ ਤੁਹਾਡੇ ਇੱਥੇ ਪਹੁੰਚੀ ਹੈ। ਸੋ ਤੁਹਾਡੇ ਵੀ ਜਿੰਨੇ ਵੀ ਕੰਮ ਇੱਥੇ ਹੋਣ ਵਾਲੇ ਨੇ ਉਹ ਇੱਥੇ ਕੀਤੇ ਜਾਣਗੇ, ਜਿਹੜੇ ਕੋਈ ਕੰਮ ਦਫ਼ਤਰ 'ਚ ਜਾ ਕੇ ਕਰਨ ਵਾਲੇ ਨੇ ਉਹ ਸਾਰੇ ਨੋਟ ਕੀਤੇ ਜਾਣਗੇ, ਉਹ ਦਫ਼ਤਰ 'ਚ ਕੀਤੇ ਜਾਣਗੇ। ਸੋ ਕਈ ਭੈਣਾਂ ਭਰਾਵਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਸਾਡੀ ਪੈਨਸ਼ਨ ਕੱਟ ਗਈ, ਜਾਂ ਪਿਛਲੇ ਸਮੇਂ ਦਰਮਿਆਨ ਕਿਸੇ ਦਾ ਕੋਈ ਰਾਸ਼ਨ ਕੱਟਿਆ ਗਿਆ, ਉਹ ਸਾਰਾ ਉਹ ਨੋਟ ਕਰਕੇ ਉਹ ਜਲਦੀ ਤੁਹਾਡਾ ਜਿਹੜੇ ਹੈਗੇ ਆ ਇਹ ਪੈਨਸ਼ਨ ਹੋ ਗਈ ਜਾਂ ਰਾਸ਼ਨ ਹੋ ਗਿਆ, ਉਹ ਸਾਰਾ ਤੁਹਾਨੂੰ ਦੁਬਾਰਾ ਮਿਲਣ ਲੱਗ ਜੂਗਾ। ਹੋਰ ਵੀ ਜੇ ਕੋਈ ਕੰਮ ਇਹੋ ਜਿਹਾ ਹੋਇਆ ਜੋ ਸਾਡੇ ਧਿਆਨ 'ਚ ਨਹੀਂ ਆਉਂਦਾ, ਸਰਪੰਚ ਸਾਹਿਬ ਵਸਨੀ ਮਾਨ ਨੇ ਅੱਜ ਤੋਂ ਜਿਹੜੀ ਸ਼ੁਰੂਆਤ ਹੈ ਉਹ ਪੰਜਾਬ ਦੇ ਵਿੱਚ ਕੀਤੀ ਗਈ ਆ। ਇਹ ਜਿਹੜੇ ਆਪਕੀ ਸਰਕਾਰ ਤੁਹਾਡੇ ਦੁਆਰ ਹੈ, ਇਹ ਪੂਰਾ ਇੱਕ ਮਹੀਨਾ ਪ੍ਰੋਗਰਾਮ ਜਿਹੜਾ ਚੱਲਣਾ ਹੈ, ਹਰ ਇੱਕ ਪਿੰਡ ਦੇ ਵਿੱਚ ਜਾ ਕੇ, ਹਰ ਇੱਕ ਵਾਰਡ ਦੇ ਵਿੱਚ ਜਾ ਕੇ ਜਿਹੜੇ ਸਾਡੇ ਰੋਜ਼ ਦੇ ਹੋਣ ਵਾਲੇ ਕੰਮ ਨੇ ਉਹਦੇ ਵਾਸਤੇ ਸਰਕਾਰ ਤੁਹਾਡੇ ਇੱਥੇ ਪਹੁੰਚੀ ਹੈ। ਸੋ ਤੁਹਾਡੇ ਵੀ ਜਿੰਨੇ ਵੀ ਕੰਮ ਇੱਥੇ ਹੋਣ ਵਾਲੇ ਨੇ ਉਹ ਇੱਥੇ ਕੀਤੇ ਜਾਣਗੇ, ਜਿਹੜੇ ਕੋਈ ਕੰਮ ਦਫ਼ਤਰ 'ਚ ਜਾ ਕੇ ਕਰਨ ਵਾਲੇ ਨੇ ਉਹ ਸਾਰੇ ਨੋਟ ਕੀਤੇ ਜਾਣਗੇ, ਉਹ ਦਫ਼ਤਰ 'ਚ ਕੀਤੇ ਜਾਣਗੇ। ਸੋ ਕਈ ਭੈਣਾਂ ਭਰਾਵਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਸੀ ਕਿ ਸਾਡੀ ਪੈਨਸ਼ਨ ਕੱਟ ਗਈ, ਜਾਂ ਪਿਛਲੇ ਸਮੇਂ ਦਰਮਿਆਨ ਕਿਸੇ ਦਾ ਕੋਈ ਰਾਸ਼ਨ ਕੱਟਿਆ ਗਿਆ, ਉਹ ਸਾਰਾ ਉਹ ਨੋਟ ਕਰਕੇ ਉਹ ਜਲਦੀ ਤੁਹਾਡਾ ਜਿਹੜੇ ਹੈਗੇ ਆ ਇਹ ਪੈਨਸ਼ਨ ਹੋ ਗਈ ਜਾਂ ਰਾਸ਼ਨ ਹੋ ਗਿਆ, ਉਹ ਸਾਰਾ ਤੁਹਾਨੂੰ ਦੁਬਾਰਾ ਮਿਲਣ ਲੱਗ ਜੂਗਾ। ਹੋਰ ਵੀ ਜੇ ਕੋਈ ਕੰਮ ਇਹੋ ਜਿਹਾ ਹੋਇਆ ਜੋ ਸਾਡੇ ਧਿਆਨ 'ਚ ਨਹੀਂ ਆਉਂਦਾ, ਸਰਪੰਚ